ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਤੁਸੀਂ ਜੁੜੇ ਹੋ MSW ਸਟੱਡੀ ਫੋਰ ਜੋਬ। ਗੱਲ ਕਰਦੇ ਹਾਂ ਅੱਜ ਦੀ ਪੋਸਟ ਦੀ। ਦੇਖ ਸਕਦੇ ਹੋ ਤੁਸੀਂ ਜਿਹੜੀ ਪੋਸਟ ਹੈਗੀ ਹੈ ਪੰਜਾਬ ਸਕਿੱਲ ਡਿਪਾਰਟਮੈਂਟ ਮਿਸ਼ਨ ਦੇ ਵਿੱਚ ਜਿਹੜੀ ਪੋਸਟ ਕੱਢੀ ਗਈ ਹੈ, ਗੌਰਮੈਂਟ ਜੋਬ ਹੋਵੇਗੀ। ਦੇਖ ਸਕਦੇ ਹੋ ਪੰਜਾਬ ਸਰਕਾਰ ਦੀਆਂ ਇਹ ਨੌਕਰੀਆਂ ਤੁਹਾਡੇ ਲੈ ਕੇ ਆਉਂਦੇ ਹਾਂ। ਔਰ ਦੇਖ ਸਕਦੇ ਅਸੀਂ ਪੇ ਰਹੇਗੀ 34,800 ਪਰ ਮੰਥ ਜਿਹੜੀ, ਠੀਕ ਹੈ। ਉਮਰ ਜਿਹੜੀ ਤੁਹਾਡੀ ਏਜ਼ ਹੋਏਗੀ 21 ਤੋਂ 37 ਈਅਰ ਹੈਗੀ ਹੈ, ਤਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ। ਲਾਸਟ ਡੇਟ ਦੇਖ ਸਕਦੇ ਤੁਸੀਂ 29/8/2019 ਰਹੇਗੀ। ਤੁਹਾਡੇ ਕੋਲ ਲਗਭਗ 7-8 ਦਿਨ, ਲਗਭਗ ਕਹਿ ਸਕਦੇ ਇੱਕ ਵੀਕ ਹੈਗਾ। ਔਰ ਪੋਸਟ ਦੀ ਜੇਕਰ ਗੱਲ ਕੀਤੀ ਜਾਵੇ, ਦੇਖ ਸਕਦੇ ਤੁਸੀਂ ਪੰਜਾਬ ਸਕਿੱਲਸ ਡਿਵੈਲਪਮੈਂਟ ਮਿਸ਼ਨ ਦੇ ਵਿੱਚ ਜਿਹੜੀ ਪੋਸਟ ਹੈਗੀ ਹੈ, ਪਬਲਿਕ ਨੋਟਸ ਜਿਹੜਾ ਰਿਕਰੂਟਮੈਂਟ ਦਾ ਆਊਟ ਕਰ ਦਿੱਤਾ ਗਿਆ। ਔਰ ਇਸ ਨੋਟਸ ਦੀ ਜੇਕਰ ਗੱਲ ਕੀਤੀ ਜਾਵੇ, ਦੇਖ ਸਕਦੇ ਪੂਰਾ ਪ੍ਰੋਸੈਸ ਕੀ ਹੈਗਾ। 14 ਪੋਸਟਾਂ ਹੈਗੀਆਂ ਟੋਟਲ, ਜਿਹੜੀਆਂ ਪੋਸਟਾਂ ਦੇਖ ਸਕਦੇ ਤੁਸੀਂ, ਟੋਟਲ 14 ਪੋਸਟ ਹੈਗੀਆਂ। ਔਰ ਮੈਨੇਜਰ ਫਿਨਾਂਸ ਦੇ ਵਿੱਚ ਇੱਕ ਪੋਸਟ ਹੈਗੀ ਹੈ, ਇਸ ਤਰ੍ਹਾਂ ਮੈਨੇਜਰ MIS 2 ਦੇ ਵਿੱਚ ਇੱਕ ਪੋਸਟ ਹੈਗੀ ਹੈ, ਔਰ ਬਲੋਕ ਥਮੈਟਿਕ ਐਕਸਪਰਟ ਦੀ ਇੱਕ ਪੋਸਟ ਹੈਗੀ ਆ, ਔਰ ਬਲੋਕ ਥਮੈਟਿਕ ਐਕਸਪਰਟ ਟ੍ਰੇਨਿੰਗ ਐਂਡ ਪਲੇਸਮੈਂਟ ਦੀ ਜਿਹੜੀ 9 ਵੈਕੈਂਸੀ ਹੈਗੀ ਆ, ਔਰ ਕੈਟਾਗਰੀ ਵਾਈਜ਼ ਵੰਡ ਕੀਤੀ ਗਈ ਆ। ਐਕਸੀਕਿਊਟਿਵ ਅਸਿਸਟੈਂਟ ਅਕਾਊਂਟੈਂਟਸ ਦੀ ਜਿਹੜੀ 2 ਪੋਸਟ ਹੈਗੀ ਆ, ਠੀਕ ਹੈ। ਟੋਟਲ 14 ਵੈਕੈਂਸੀ, ਔਰ 29/8 ਲਾਸਟ ਇਹਦੀ ਡੇਟ ਰਹੇਗੀ। ਦੇਖ ਸਕਦੇ ਹੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈਗੀ ਆ PSDM.gov.in 'ਤੇ ਜਾ ਕੇ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਸਾਰਾ ਕਰੀਟੀਰੀਆ, ਐਕਸਪੀਰੀਅੰਸ, ਕੁਆਲੀਫਿਕੇਸ਼ਨ, ਡਿਟੇਲ, ਐਪਲੀਕੇਸ਼ਨ ਪਰਫੋਰਮਾ ਇੱਥੋਂ ਹੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਔਰ ਦੇਖ ਸਕਦੇ ਤੁਸੀਂ .gov ਦਾ ਮਤਲਬ ਇਹ ਹੁੰਦਾ ਕਿ ਗੌਰਮੈਂਟ ਜੋਬ ਹੈਗੀ ਹੈ, ਠੀਕ ਹੈ। ਗੌਰਮੈਂਟ PSDM ਦੇ ਵਿੱਚ ਜਿਹੜੀ ਪੋਸਟ ਹੈਗੀ ਹੈ, ਗੌਰਮੈਂਟ ਦੁਆਰਾ ਹੈਗੀ ਹੈ, ਠੀਕ ਹੈ। ਅਪਲਾਈ ਕਰ ਸਕਦੇ ਹੋ ਇਹਨਾਂ ਵੈਬਸਾਈਟ 'ਤੇ ਜਾ ਕੇ, ਪਰਫੋਰਮੇ ਰਾਹੀਂ ਪੂਰੀ ਜਾਣਕਾਰੀ ਤੁਹਾਨੂੰ ਇੱਥੇ ਮਿਲ ਜਾਏਗੀ। ਆ ਸਕੇ ਵੀਡੀਓ ਵਧੀਆ ਲੱਗੇ, ਪਲੀਜ਼ ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਆਲ ਪੰਜਾਬ ਦੇ ਜੋਬ ਨਾਲ ਸਟੱਡੀ ਨਾਲ ਤੁਹਾਨੂੰ ਮਿਲਦੀ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ। ਮਿਲਦੇ ਇੱਕ ਹੋਰ ਨਿਊ